ਇਧਰ ਜਲੰਧਰ ਦੇ ਸਿਟੀ ਗਰੁੱਪ ਆਫ ਇੰਸਟੀਚਿਊਟ ਵਿਖੇ ਉਸ ਵੇਲੇ ਬਵਾਲ ਮਚ ਗਿਆ ਜਦੋਂ ਸਿੱਖ ਵਿਦਿਆਰਥੀਆਂ ਤੋਂ ਉਹਨਾਂ ਦਾ ਕੜਾ ਉਤਰਵਾ ਕਿ ਉਹਨਾਂ ਨੂੰ ਪੇਪਰ ਦਿਵਾਉਣ ਲਈ ਅੰਦਰ ਭੇਜਿਆ ਜਾ ਰਿਹਾ ਸੀ। ਜਾਣਕਾਰੀ ਜਦਾਂ ਹੀ ਸਿੱਖ ਤਾਲਮੇਲ ਕਮੇਟੀ ਤੇ ਸਿੱਖ ਜਥੇਬੰਦੀਆਂ ਨੂੰ ਮਿਲੀ, ਮੌਕੇ ਤੇ ਪਹੁੰਚੇ ਜਲੰਧਰ ਦੇ ਸਿਟੀ ਗਰੁੱਪ ਆਫ ਇੰਸਟੀਚਿਊਟ ਵਿਖੇ ਪਹੁੰਚ ਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਸ ਵੱਲੋਂ ਵੀ ਇਹ ਘਿਨੌਣੀ ਹਰਕਤ ਕੀਤੀ ਗਈ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ, सख्त तो सख्त पुलिस कार्रवाई की जाएगी। कुछ दिन पहला भी बठिंडा तो अजिही घटना सामने आई सी, दोवें तस्वीर तुसी अपनी टीवी स्क्रीन पर देख पा रहे हो। आखिर क्यों पांच ककारा दे विचों कुछ ककारा ते आपत्ति जताई जा रही है, जबकि वार वार ए मुद्दे सियासत भी पखा रहे ने, वार वार ए मुद्दे चर्चा दे विच भी बने हुए ने, फिर भी क्यों बार बार इस तरह आपत्ति जताई जा रही है। फिलहाल इस पूरे मामले नू लेके निजी इंस्टीट्यूट चर्चा दे विच है, देखना होगा कि अगे सिख जथेबंदियां वालों के कुछ फैसले ले जांदे ने। ਵਾਹਿਗੁਰੂ ਜੀ ਕੀ ਫਤਿਹ। ਅੱਜ ਜਲੰਧਰ ਵਿੱਚ ਸਿਟੀ ਕਾਲਜ ਲਾਂਬੜੇ ਵਿੱਚ ਕੋਈ ਪੇਪਰ ਸੀਗਾ, ਉਹਦੇ ਵਿੱਚ ਇੱਥੋਂ ਦੀ ਮੈਨੇਜਰ ਨੇ ਸਿੱਖਾਂ ਦੇ ਖੜੇ ਲਵਾਏ ਆ। ਅਸੀਂ ਸਿੱਖ ਤਾਲਮੇਲ ਕਮੇਟੀ ਵੱਲੋਂ ਅੱਜ ਇਹਨਾਂ ਦੇ ਹੋਇਆ, ਅਸੀਂ ਇਹਨਾਂ ਦੇ ਪਰਚਾ ਕਰਾਵਾਂ। ਅਸੀਂ ਇਹ ਕੰਮ ਪੰਜਾਬ ਵਿੱਚ ਨਹੀਂ ਹੋਣ ਦੇਣਾ, ਅਸੀਂ ਆਪਣੇ ਕਕਾਰਾਂ ਦੇ ਕਿਸੇ ਨੂੰ ਹੱਥ ਨਹੀਂ ਪਾਉਣ ਦੇਣਾ। ਅਸੀਂ ਸਾਰੇ ਜਥੇਬੰਦੀਆਂ ਇਕੱਠੇ ਹੋਏ ਆ, ਇਹਨਾਂ ਦੀ ਕਾਨੂੰਨੀ ਕਾਰਵਾਈ ਕਰਾਵਾਂਗੇ। ਜਿਹੜੇ ਪੇਰੈਂਟਸ ਨੇ ਉਹਨਾਂ ਨੇ ਆਪਣੇ ਹੱਥਾਂ 'ਚ ਸਾਨੂੰ ਕੜੇ ਲੱਥੇ ਹੋਏ ਦਿਖਾਏ, ਔਰ ਜਿਹੜੇ ਇੱਥੋਂ ਦੇ ਆਪਣੇ ਆਪ ਨੂੰ ਅਬਜ਼ਰਵਰ ਦੱਸ ਰਹੇ ਉਹ ਕਹਿੰਦੇ ਜੀ ਇਹਦੀਆਂ ਹਦਾਇਤਾਂ ਹੈ ਸਾਨੂੰ, ਤੇ ਅਸੀਂ ਇਹਨਾਂ ਹਦਾਇਤਾਂ ਨੂੰ ਜਾਂ ਕਿਸੇ ਵੀ ਚੀਜ਼ ਨੂੰ ਅਸੀਂ ਇੱਥੇ ਕਿਸੇ ਹਾਲਤ 'ਚ ਵੀ ਲਾਗੂ ਨਹੀਂ ਹੋਣ ਦੇਣਾ। ਤੇ ਇਸੇ ਤੇ ਸਾਡੇ ਸਹਿਯੋਗੀ ਰਾਜੀਵ ਵਧਵਾ ਸਾਡੇ ਨਾਲ ਜੁੜ ਚੁੱਕੇ ਨੇ। ਰਾਜੀਵ, ਕੀ ਕੋਈ ਜਾਣਕਾਰੀ ਹੈ? ਫਿਲਹਾਲ ਇਸ ਅਦਾਰੇ ਨੇ ਕੋਈ ਮਾਫੀ ਮੰਗੀ ਹੈ ਕਿਉਂਕਿ ਸਿੱਖ ਜਥੇਬੰਦੀਆਂ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਦੇ ਨਾਲ ਚੁੱਕ ਰਹੀਆਂ ਨੇ? जी बिल्कुल, गल की जाए तो इस मामले के माफी मांग ली गई है। बेसिकली जो गलती थी जी नैशनल सिक्योरिटी एजेंसी थी उन्होंने वालों की गई थी, यह जी नैशनल सिक्योरिटी एजेंसी थी उन्होंने कड़े उतरवाए थे, ना कि मैनेजमेंट वालों उतरवाए गए थे। इस करके एजेंसी के बंदों जो थाने लिजाया गया तो उन्होंने माफी मांग के अपनी जान छुड़वाई है। जी विद्यार्थियों वालों कितना कुछ स्ट्रगल किया गया सवेर वेले, ਸੀ ਕੁਝ ਗਿਣਤੀ ਚ ਵਿਦਿਆਰਥੀ ਜਿਨ੍ਹਾਂ ਨੂੰ ਕਕਾਰ ਉਤਾਰ ਕੇ ਅੰਦਰ ਜਾਣਾ ਪਿਆ? ਜੀ ਬਿਲਕੁਲ, ਵਿਦਿਆਰਥੀਆਂ ਨੂੰ ਉਸ ਵੇਲੇ ਪਰੇਸ਼ਾਨੀ ਦਾ ਸਾਹਮਣਾ ਤਾਂ ਬਹੁਤ ਕਰਨਾ ਪਿਆ ਜਦੋਂ ਕਕਾਰ ਉਤਾਰਨ ਲਈ ਕਿਹਾ ਗਿਆ ਉਹਨਾਂ ਨੂੰ। ਉਸ ਤੋਂ ਬਾਅਦ ਪੇਪਰ ਦੇਣ ਤਾਂ ਚਲੇ ਗਏ, ਲੇਕਿਨ ਪੇਪਰ ਦੇਣ ਤੋਂ ਬਾਅਦ ਜਦੋਂ ਸਿੱਖ ਜਿਸਤੇ ਬੰਦੇ ਨੂੰ ਪਤਾ ਚੱਲਿਆ ਇਸ ਚੀਜ਼ ਦਾ, ਤਾਂ ਉਹਨਾਂ ਨੇ ਪੂਰਾ ਆ ਕੇ ਪ੍ਰੋਟੈਸਟ ਕੀਤਾ। ਪ੍ਰੋਟੈਸਟ ਹੋਣ ਤੋਂ ਬਾਅਦ ਜਦੋਂ ਬਵਾਲ ਬਚਿਆ ਤਾਂ ਉਸ ਤੋਂ ਬਾਅਦ ਜਿਹੜਾ ਹੈ ਪੁਲਿਸ ਨੇ ਵਿੱਚ ਇੰਟਰਵੀਨ ਕੀਤਾ ਤੇ ਪੁਲਿਸ ਨੇ ਮਾਮਲਾ ਸ਼ਾਂਤ ਕਰਾਇਆ। ਜੀ ਬਹੁਤ ਸ਼ੁਕਰੀਆ ਰਾਜੀਵ ਇਸ ਜਾਣਕਾਰੀ ਦੇ ਲਈ, ਧੰਨਵਾਦ।